ਕੱਲ ਲੁਧਿਆਣੇ ਵਿਖੇ ਦੁੱਗਰੀ ਰੋਡ ਤੇ ਗਿੱਲ ਹਸਪੀਟਲ ਦੇ ਨੇੜੇ ਬੈਂਕ ਆਫ ਬੜੌਦਾ ਦੀ ਮਾਡਲ ਟਾਊਨ ਅਤੇ ਪੱਖੋਵਾਲ ਰੋਡ ਬ੍ਰਾਂਚ ਨੇ ਜ਼ਿੰਦਗੀ ਲਾਈਫ ਫਾਊਂਡੇਸ਼ਨ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ, ਜਿਸ ਵਿੱਚ DMC ਨੂੰ 40 ਯੂਨਿਟ ਡੋਨੇਟ ਕੀਤੇ ਗਏ। ਸ਼੍ਰੀ ਤਨੇਜਾ ਜੀ, ਔਨਿਤ ਸੂਰੀ, ਸ਼ੇਖਰ ਗੁਪਤਾ ਅਤੇ ਵਿਨੋਦ ਕੁਮਾਰ ਜੀ ਆਦਿ ਨੇ ਇਸ ਕੈਂਪ ਦਾ ਬਹੁਤ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ। ਫਸਟਵੇ ਚੈਨਲ ਦੇ ਚੀਫ ਐਡੀਟਰ ਸੋਨੂ ਕੌਲ, ਡਾਇਰੈਕਟਰ ਅਜੇ ਪਨੇਸਰ, ਟੈਕਨੀਕਲ ਇੰਚਾਰਜ ਦੇਸ ਰਾਜ ਮਾਹੀ ਅਤੇ ਕੈਮਰਾਮੈਨ ਸੰਦੀਪ ਸਿੰਘ ਨੇ ਵੀ ਖੂਨਦਾਨ ਕਰਕੇ ਆਪਣੀ ਹਾਜ਼ਰੀ ਲਗਵਾਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਗਰੋਂ ਪੈਦਾ ਹੋਏ ਬਾਈਬਲ ਕਲਾ ਗੋਲੀਕਾਂਡ ਦੇ ਮਾਮਲੇ 'ਚ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਦਿਲਾਸਾ ਦੇਣ ਲਈ ਸਾਰੀਆਂ ਪਾਰਟੀਆਂ ਦੇ ਵੱਡੇ ਸਿਆਸੀ ਆਗੂ ਪਹੁੰਚ ਰਹੇ ਹਨ। ਕਾਂਗਰਸ ਮੰਤਰੀ ਮਗਰੋਂ ਪੀੜਤ ਪਰਿਵਾਰ ਨਾਲ ਹਮਦਰਦੀ ਅਤੇ ਦੁੱਖ ਸਾਂਝਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪੂਰੀ ਟੀਮ ਨਾਲ ਪਹੁੰਚੇ ਅਤੇ ਮ੍ਰਿਤਕ ਦੀ ਪਤਨੀ ਜਸਵੀਰ ਕੌਰ ਦੇ ਪੁੱਤਰ ਲਖਵਿੰਦਰ ਸਿੰਘ ਤੋਂ ਸਾਰੀ ਘਟਨਾ ਦੀ ਜਾਣਕਾਰੀ ਲਈ। ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਅਕਾਲੀ ਦਲ ਇਸ ਪੀੜਤ ਪਰਿਵਾਰ ਨਾਲ ਚਟਾਨ ਵਾਂਗ ਖੜਾ ਹੈ। ਬੀਤੇ ਕਈ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਸਰਕਾਰੀ ਖਰਚੇ ਸੰਬੰਧੀ ਆਪਣਾ ਹੱਥ ਘੁੱਟ ਲਿਆ ਹੈ ਅਤੇ ਇਸ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਸਰਕਾਰ ਵੱਲੋਂ ਸਰਕਾਰੀ ਖਰਚੇ 'ਚ ਬੱਚਤ ਕਰਨ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਤਹਿਤ ਸੂਬੇ 'ਚ ਕੀਤੀਆਂ ਜਾਣ ਵਾਲੀਆਂ ਕਾਨਫਰੰਸਾਂ, ਸੈਮੀਨਾਰ ਅਤੇ ਵਰਕਸ਼ਾਪਾਂ ਦਾ ਆਯੋਜਨ 5 ਤਾਰਾ ਹੋਟਲ 'ਚ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਬਾਹਰਲੇ ਦੇਸ਼ਾਂ 'ਚ ਨੁਮਾਇਸ਼ਾਂ ਲਾਏ ਜਾਣ ਤੇ ਵੀ ਪਾਬੰਦੀ ਲਾਈ ਗਈ ਹੈ। ਭਾਜਪਾ ਨੇ ਅਕਾਲੀਆਂ ਨੂੰ ਦਿੱਲੀ ਦੀ ਸਿਆਸਤ ਤੋਂ ਬਾਹਰ ਕਰਕੇ ਸਾਬਤ ਕਰ ਦਿੱਤਾ ਹੈ ਕਿ ਹੁਣ ਅਕਾਲੀ ਦਲ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਸ ਗੱਲ ਦਾ ਪ੍ਰਗਟਾਵਾ ਹਲਕਾ ਵਿਧਾਇਕ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਆਪਣੇ ਨਿਵਾਸ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ 'ਚ ਆਪਣੀ ਮਿਨਿਸਟਰੀ ਅਤੇ ਸਿਆਸੀ ਹੋਂਦ ਬਚਾਉਣ ਲਈ ਬਾਦਲ ਪਰਿਵਾਰ ਭਾਜਪਾ ਦੀ ਚਾਪਲੂਸੀ ਕਰ ਰਿਹਾ ਹੈ, ਜਦੋਂ ਕਿ ਅਕਾਲੀ ਦਲ ਨੂੰ ਕੇਂਦਰੀ ਵਜ਼ਾਰਤ ਤੋਂ ਅਸਤੀਫਾ ਦੇ ਕੇ ਭਾਜਪਾ ਨਾਲੋਂ ਨਾਤਾ ਤੋੜਦੇ ਪੰਜਾਬ ਹਿਤੈਸ਼ੀ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ, ਪਰ ਅਕਾਲੀ ਦਲ ਦੇ ਸੀਨੀਅਰ ਨੇਤਾ ਹੀ ਪਾਰਟੀ ਤੋਂ ਬਗਾਵਤ ਕਰ ਰਹੇ ਹਨ। ਬਹੀਬਲ ਕਲਾ ਦੇ ਗੋਲੀਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਤੇ ਸ਼ੁੱਕਰਵਾਰ ਨੂੰ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੌਰਾਨ ਕਾਂਗੜ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਹਨਾਂ ਕਿਹਾ ਕਿ ਉਹਨਾਂ ਨੂੰ ਨਹੀਂ ਪਤਾ ਕਿ ਮ੍ਰਿਤਕ ਸੁਰਜੀਤ ਸਿੰਘ ਦੀ ਪਤਨੀ ਉਹਨਾਂ ਤੇ ਦੋਸ਼ ਕਿਉਂ ਲਾ ਰਹੀ ਹੈ। ਕਾਂਗੜ ਨੇ ਇਸ ਦੇ ਪਿੱਛੇ ਕਿਸੇ ਵੱਡੀ ਸਾਜ਼ਿਸ਼ ਹੋਣ ਦੀ ਗੱਲ ਕਹੀ ਹੈ। ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਕਾਂਗਰਸ ਸਰਕਾਰ ਦੇ ਕਣਕ ਵੰਡ ਪ੍ਰਣਾਲੀ 'ਚ ਕਥਿਤ ਘਪਲੇ ਨੂੰ ਲੈ ਕੇ ਕਸੇ ਵਿਅੰਗ ਦੇ ਜਵਾਬ 'ਚ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਕਾਲੀ ਭਾਜਪਾ ਸਰਕਾਰ ਨੂੰ ਲੰਬੇ ਹੱਥੀ ਲਿਆ ਹੈ। ਆਸ਼ੂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਕਾਲੀਆਂ ਦੀਆਂ ਕਥਿਤ ਧਾਂਦਲੀਆਂ ਦਾ ਪਰਦਾਫਾਸ਼ ਕਰਦਿਆਂ ਆਟਾ ਦਾਲ ਯੋਜਨਾ ਨਾਲ ਜੁੜੇ ਕਰੀਬ 12% ਅਜਿਹੇ ਕਾਰਡ ਧਾਰਕਾਂ ਦੇ ਕਾਰਡ ਰੱਦ ਕੀਤੇ ਹਨ ਜੋ ਕਿ ਲਗਜ਼ਰੀ ਗੱਡੀਆਂ 'ਚ ਗਰੀਬਾਂ ਦੇ ਹਿੱਸੇ ਆਉਂਦੀਆਂ ਕਣਕਾਂ ਹੜੱਪਦੇ ਰਹੇ ਹਨ। ਧਾਰਮਿਕ ਆਧਾਰ ਤੇ ਵੰਡਕਾਰੀ ਕਾਨੂੰਨ ਦੱਸਦੇ ਹੋਏ ਭਾਜਪਾ ਪਾਰਟੀ ਦੇ ਕਰੀਬ 80 ਮੁਸਲਿਮ ਨੇਤਾਵਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਛੱਡਣ ਦਾ ਐਲਾਨ ਕੀਤਾ ਹੈ। ਇਹਨਾਂ ਭਾਜਪਾ ਨੇਤਾਵਾਂ ਵਿੱਚ ਸ਼ਾਮਿਲ ਰਾਜੂ ਕੁਰੈਸ਼ੀ ਫਰਸ਼ੀ ਵਾਲਾ ਨੇ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਕਰੀਬ 80 ਮੁਸਲਿਮ ਨੇਤਾਵਾਂ ਨੇ ਭਾਜਪਾ ਦੇ ਨਵੇਂ ਨਿਯੁਕਤ ਰਾਸ਼ਟਰੀ ਪ੍ਰਧਾਨ JP ਨੱਡਾ ਨੂੰ ਵੀਰਵਾਰ ਨੂੰ ਚਿੱਠੀ ਭੇਜ ਕੇ ਮੁੱਢਲੀ ਮੈਂਬਰਸ਼ਿਪ ਛੱਡ ਦਿੱਤੀ ਹੈ। ਇਹਨਾਂ 'ਚ ਭਾਜਪਾ ਦੇ ਘੱਟ ਗਿਣਤੀ ਮੋਰਚੇ ਦੇ ਕਈ ਅਹੁਦਾ ਅਧਿਕਾਰੀ ਸ਼ਾਮਿਲ ਹਨ। ਦਿੱਲੀ ਵਿਧਾਨ ਸਭਾ ਚੋਣਾਂ ਜਿਸ ਤਰ੍ਹਾਂ ਭਾਜਪਾ ਨੇ ਅਕਾਲੀ ਦਲ ਨੂੰ ਮੱਖਣ 'ਚੋਂ ਬਾਲ ਦੀ ਤਰ੍ਹਾਂ ਬਾਹਰ ਸੁੱਟੇ, ਉਸ ਤਰ੍ਹਾਂ ਅਕਾਲੀ ਦਲ ਦੀ ਹਾਲਤ ਦੁਖਦਾਈ ਹੋ ਚੁੱਕੀ ਹੈ। ਜੇਕਰ ਦਿੱਲੀ ਦੇ ਅਕਾਲੀ ਸੂਤਰਾਂ ਦੀ ਮੰਨੀਏ ਤਾਂ ਦਿੱਲੀ ਦੇ ਅਕਾਲੀ ਦਲ ਦੇ ਆਗੂਆਂ ਦੇ ਸੁਪਨਿਆਂ ਤੇ ਜਿਸ ਤਰ੍ਹਾਂ ਭਾਜਪਾ ਨੇ ਪਾਣੀ ਫੇਰ ਦਿੱਤਾ ਹੈ, ਉਸ ਤੋਂ ਅਕਾਲੀ ਦਲ ਦੇ ਆਗੂਆਂ 'ਚ ਭਾਰੀ ਰੋਲ ਹੈ। ਚੋਣਾਂ ਦੇ ਦੌਰਾਨ ਇਹ ਸਾਰੇ ਅਕਾਲੀ ਆਗੂ ਭਾਜਪਾ ਤੋਂ ਬਦਲਾ ਲੈਣ ਦੀ ਯੋਜਨਾ ਤਿਆਰ ਕਰਨ ਲੱਗੇ ਹਨ। ਹਿਊਸਟਨ, ਟੈਕਸਾਸ ਵਿਖੇ ਆਯੋਜਿਤ ਪ੍ਰਤੀਯੋਗਿਤਾ 'ਚ ਫਲੋਰੀਡਾ ਦੀ ਐਸ਼ਵਰਿਆ ਗੁਲਾਨੀ ਨੂੰ ਮਿਸ ਇੰਡੀਆ USA ਚੁਣਿਆ ਗਿਆ। ਪਹਿਲੀ ਰਨਰ ਅਪ ਦਾ ਖਿਤਾਬ ਰੀਆ ਕੌਰ ਨੇ ਹਾਸਲ ਕੀਤਾ, ਜਦਕਿ ਦੂਸਰੇ ਸਥਾਨ ਤੇ ਅਲਕਾ ਮਰਾਲਾ ਰਹੀ। ਇੰਡੀਆ ਫੈਸਟੀਵਲ ਕਮੇਟੀ ਵੱਲੋਂ ਤਰਨਾਤਮਾ ਸਰਨ ਅਤੇ ਨੀਲਮ ਸਰਨ ਦੀ ਅਗਵਾਈ ਹੇਠ 1980 ਤੋਂ ਸ਼ੁਰੂ ਕੀਤੀ ਗਈ ਸੁੰਦਰਤਾ ਅਤੇ ਪ੍ਰਤਿਭਾ ਪ੍ਰਤੀਯੋਗਿਤਾਵਾਂ ਦੀ ਕੜੀ 'ਚ ਆਯੋਜਿਤ ਨਵੀਨਤਮ ਮੁਕਾਬਲੇ 'ਚ ਮਿਸ ਵਰਲਡ ਅਮਰੀਕਾ ਵਾਸ਼ਿੰਗਟਨ ਅਤੇ ਅਬੋਹਰ ਦੀ ਮੂਲ ਵਾਸੀ ਸ਼੍ਰੀ ਸੈਣੀ ਨੂੰ ਰਾਸ਼ਟਰੀ ਜੱਜ ਦੇ ਰੂਪ 'ਚ ਸੱਦਿਆ ਗਿਆ ਸੀ। ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੇ ਪੰਜਾਬ ਦਾ ਚੋਣ ਪੀੜ 2022 ਤੋਂ ਪਹਿਲਾਂ ਹੀ ਭਖਾ ਦਿੱਤਾ ਹੈ। ਇੱਕ ਪਾਸੇ ਜਿੱਥੇ ਭਾਜਪਾ ਆਗੂਆਂ ਦੇ ਤਲਖੀ ਭਰੇ ਬਿਆਨਾਂ ਨੇ ਠੰਡ ਵੀ ਆਗੂਆਂ ਨੂੰ ਤਰੇਲੀਆਂ ਲਿਆ ਕੇ ਰੱਖ ਦਿੱਤੀਆਂ ਹਨ, ਟਕਸਾਲੀਆਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਆਗਾਮੀ ਮੁੱਖ ਮੰਤਰੀ ਬਣਾਉਣ ਦੇ ਚਰਚਿਆਂ ਨੇ ਪੰਜਾਬ ਦੇ ਵੋਟਰਾਂ ਨੂੰ ਸ਼ਸ਼ੋਪੰਜ ਵਿੱਚ ਪਾ ਕੇ ਰੱਖ ਦਿੱਤਾ ਹੈ। ਇੰਨਾ ਹੀ ਨਹੀਂ, ਦਿੱਲੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਬੈਕਫੁੱਟ 'ਤੇ ਆ ਜਾਣ ਕਾਰਨ ਪੰਜਾਬ ਦੇ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਦਿਨੋਂ ਦਿਨ ਵਿਸ਼ਵਾਸ ਉੱਠਣਾ ਸ਼ੁਰੂ ਹੋ ਗਿਆ ਹੈ। ਜਾਣ ਵਾਲੇ ਸੈਲਾਨੀਆਂ ਲਈ ਅਹਿਮ ਖਬਰ ਹੈ, ਵਿਰਾਸਤ-ਏ-ਖਾਲਸਾ ਆਮ ਸੈਲਾਨੀਆਂ ਲਈ
24 ਤੋਂ 31 ਜਨਵਰੀ ਤੱਕ ਬੰਦ ਰਹੇਗਾ। ਇਸ ਦੌਰਾਨ ਵਿਰਾਸਤ ਏ ਖਾਲਸਾ 'ਚ ਉਹ ਮੁਰੰਮਤ ਕੀਤੀ ਜਾਵੇਗੀ ਜੋ ਆਮ ਦਿਨਾਂ 'ਚ ਸੰਭਵ ਨਹੀਂ ਹੋ ਸਕਦੀ। ਇਸ ਲਈ ਸੈਲਾਨੀਆਂ ਨੂੰ ਵਿਰਾਸਤ ਏ ਖਾਲਸਾ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਉਹ ਇੱਥੇ ਆਉਣ ਸੰਬੰਧੀ ਆਪਣਾ ਪ੍ਰੋਗਰਾਮ 1 ਫਰਵਰੀ ਤੋਂ ਹੀ ਮਨਾਉਣੇ। ਜਾਣਕਾਰੀ ਵਿਰਾਸਤ ਏ ਖਾਲਸਾ ਦੇ ਮੈਨੇਜਰ ਵੱਲੋਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਵਿਰਾਸਤ ਏ ਖਾਲਸਾ ਸ਼ਿਮਾਹੀ ਸਾਂਭ ਸੰਭਾਲ ਲਈ ਸਾਲ ਵਿੱਚ 2 ਵਾਰ ਬੰਦ ਕੀਤਾ ਜਾਂਦਾ ਹੈ। ਹਾਈਟੈਕ ਦੌਰ 'ਚ ਰੇਲਵੇ ਸੌਰ ਊਰਜਾ ਦੇ ਬਲਬੂਤੇ ਰੇਲਾਂ ਨੂੰ ਪਟੜੀਆਂ 'ਤੇ ਦੌੜਾਉਣ ਦੇ ਕੰਮ 'ਚ ਜੁੜ ਗਿਆ ਹੈ ਅਤੇ ਇਸ ਦਾ ਆਰੰਭ ਖਾਸ ਟ੍ਰੇਨਾਂ 'ਤੇ ਕਰਨਾ ਸ਼ੁਰੂ ਕਰ ਦਿੱਤਾ ਹੈ। ਰੇਲਵੇ ਵੱਲੋਂ ਪਹਿਲਾ ਪ੍ਰਯੋਗ ਅੰਮ੍ਰਿਤਸਰ ਹਰਿਦੁਆਰ ਵਿਚਕਾਰ ਚੱਲਣ ਵਾਲੀ ਜਨ ਸ਼ਤਾਬਦੀ ਐਕਸਪ੍ਰੈਸ 'ਤੇ ਕਰਨ ਦੀ ਯੋਜਨਾ ਹੈ। ਜਾਣਕਾਰੀ ਮੁਤਾਬਿਕ ਫਿਰੋਜ਼ਪੁਰ ਮੰਡਲ ਵੱਲੋਂ ਜਨ ਸ਼ਤਾਬਦੀ ਐਕਸਪ੍ਰੈਸ 'ਤੇ 9 non-AC ਰੇਲ ਕੋਚਾਂ ਦੀਆਂ ਛੱਤਾਂ ਨੂੰ ਸੋਲਰ ਪੈਨਲ ਯੁਕਤ ਕੀਤਾ ਜਾਵੇਗਾ। ਇਸ ਤਰ੍ਹਾਂ ਬਿਜਲਈ ਊਰਜਾ 'ਤੇ ਖਰਚ ਤੋਂ ਬਚਿਆ ਜਾਵੇਗਾ, ਸਗੋਂ ਹਾਈਟੈਕ ਦਿਸ਼ਾ ਵੱਲ ਰੇਲਵੇ ਅੱਗੇ ਵਧੇਗਾ।